ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਮਿਲਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਪਹਿਲੀ ਵਾਰ ਤਕਸ਼ਿਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਇਸ ਮੌਕੇ ਉਹਨਾਂ ਨੂੰ ਤਕਸ਼ਿਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਕੀਰਤਨ ਵੀ ਸਰਵਣ ਕੀਤਾ ਹੈ। ਤੋਂ ਪਹਿਲਾਂ ਤੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਵਾਸਤੇ ਤਕਸ਼ਿਰੀ ਕੇਸਗੜ ਸਾਹਿਬ ਤਸਵੀਪਤਾ ਦੇ ਇਸ ਪਵਿੱਤਰ ਸਥਾਨ ਦੇ ਉੱਤੇ ਅਸੀਂ ਨਤਮਸਤਕ ਹੋਣ ਵਾਸਤੇ ਵੀ ਆਏ ਆ ਤੇ ਗੁਰੂ ਸਾਹਿਬ ਦੀ ਬਖਸ਼ੀ ਲੈਣ ਵਾਸਤੇ ਵੀ ਆਪਣੀ ਝੋਲੀ ਖੋਲ ਕੇ ਭਰਨ ਵਾਸਤੇ ਆਏ ਤੇ ਪਾਤਸ਼ਾਹ ਦਾ ਸ਼ੁਕਰਾਨਾ ਵੀ ਹੈ ਕਿ ਬਹੁਤ ਵੱਡੀ ਸੇਵਾ ਅੱਜ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਉਹਦੀ ਤਾਕਤ ਲੈਣ ਵਾਸਤੇ ਵੀ ਗੁਰੂ ਸਾਹਿਬ ਜੀ ਦੇ ਘਰ ਤੋਂ ਅਸੀਂ ਇੱਥੇ ਆ ਗਏ ਦੂਜੀ ਜਿਹੜੀ ਗੱਲ ਹੈ ਕਿਉਂਕਿ ਸਾਡੀ ਡਿਊਟੀ ਜਿਹੜੀ ਹੈ ਉਹ ਹੈ ਕਿ ਚੰਗੇ ਪ੍ਰਬੰਧ ਕੀਤੇ ਜਾਣ ਸੇਵਾ ਸੰਭਾਲ ਸੰਗਤ ਦੀ ਚੰਗੀ ਕੀਤੀ ਜਾਵੇ ਸਾਫ਼ ਸੁਥਰਾ ਮਾਹੌਲ ਦਿੱਤਾ ਜਾਵੇ ਚੰਗਾ ਪ੍ਰਚਾਰ ਪ੍ਰਸਾਰ ਬਾਣੀ ਦਾ ਕੀਤਾ ਜਾਵੇ ਗੁਰਮਤ ਦੇ ਉੱਤੇ ਪਰਪੱਕਤਾ ਦੇ ਨਾਲ ਪੈਰਿਦਾਰੀ ਕੀਤੀ ਜਾਵੇ ਜਾਂ ਆਈ ਸੰਗਤ ਨੂੰ ਸਨਮਾਨ ਸਤਕਾਰ ਸ਼ਰਧਾ ਦੇ ਨਾਲ ਪੈ ਭਾਵਨੀ ਵਿੱਚ ਰਹਿ ਕੇ ਉਹਨਾਂ ਨੂੰ ਜਿਐ ਕਿਹਾ ਜਾਵੇ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਆਪਣੇ ਸਟਾਫ ਮੈਂਬਰਾਂ ਨੂੰ ਅਸੀਂ ਦੱਸ ਰਹੇ ਹਾਂ ਕਿ ਕਿਸੇ ਕਿਸਮ ਦੀ ਕੋਤਾਈ ਇਹਨਾਂ ਗੱਲਾਂ ਵਿੱਚ ਜਿਹੜੀ ਹੈ ਉਹ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਸੰਸਥਾ ਵੱਲੋਂ ਨਹੀਂ ਬਰਦਾਸ਼ਤ ਕੀਤੀ ਜਾਏਗੀ ਪਹਿਲਾਂ ਵੀ ਨਹੀਂ ਕੀਤੀ ਜਾਂਦੀ ਔਰ ਅੱਜ ਵੀ ਕਿਤੇ ਕੋਈ ਇਹ ਮਤ ਸਮਝੇ ਕਿ ਸ਼ਾਇਦ ਹੁਣ ਪ੍ਰਬੰਧ ਦੇ ਵਿੱਚ ਥੋੜੀ ਚੇਂਜ ਆਈ ਹੈ ਉਹ ਅਸੀਂ ਉਹਨੂੰ ਬਰਦਾਸ਼ਤ ਕਰਾਂਗੇ ਇਹ ਨਹੀਂ ਕੀਤੀ ਜਾਊਗੀ ਕੋਈ ਕਮੀ ਨਾ ਰਾਜਾਵੇ ਸੰਗਤ ਦੀ ਆਉਪਾਕਤ ਵਿੱਚ ਕੋਈ ਸੇਵਾ ਸੰਭਾਲ ਵਿੱਚ ਇਸ ਦੇ ਉੱਤੇ ਵੀ ਵਿਚਾਰਾ ਹੋਈਆਂ ਔਰ ਜਿਹੜੀਆਂ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਕਿਸੇ ਥਾਂ ਤੇ ਆ ਉਹ ਮੈਨੇਜਰਸ ਨੂੰ ਕਿਹਾ ਕਿ ਤੁਸੀਂ ਸਾਨੂੰ ਸਾਰਾ ਦੱਸਣਾ ਕਿੱਥੇ ਸਟਾਫ ਘਟਾ ਹੈ ਕਿੱਥੇ ਕੋਈ ਵਾਸ਼ਰੂਮ ਘਟ ਹੈ ਕਿਤੇ ਕੋਈ ਸਰਾਹ ਦੀ ਕਮੀ ਹੈ ਕੋਈ ਕਿਸੇ ਕਿਸਮ ਦੀ ਕੋਈ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੂੰ ਪਰੇਸ਼ਾਨੀ ਹੁੰਦੀ ਹੈ ਉਹ ਸਾਰੀਆਂ ਗੱਲਾਂ ਦਾ ਸਾਨੂੰ ਵੇਰਵਾ ਤੁਰੰਤ ਭੇਜੋ ਤਾਂ ਜੋ ਅਸੀਂ ਉਹਨਾਂ ਸਾਰੀਆਂ ਨੂੰ ਪੂਰੀਆਂ ਕਰ ਸਕੀਏ ਜਿਸ ਤਰ੍ਹਾਂ ਕਈ ਥਾਂ ਦੇ ਸਟਾਫ ਘਟ ਹੈ ਕਿਤੇ ਕੋਈ ਗ੍ਰੰਥੀ ਘਟ ਹੈ ਕਿਤੇ ਕੋਈ ਸੇਵਾਦਾਰ ਘਟ ਹੈ ਕਿਤੇ ਕੋਈ ਪ੍ਰਚਾਰਕ ਘਟ ਹੈ ਕਿਤੇ ਕੋਈ ਰਾਗੀ ਘਟ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਵਕਤਾਂ ਹੀ ਦੂਜੀ ਗੱਲ ਲੱਗੀ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਪ੍ਰਬੰਧ ਵਿੱਚ ਕੋਈ ਅਵੇਸਲਾਪਨ ਹੋਇਆ ਜਾਂ ਜੋ ਕੋਈ ਨਿਜਮਾ ਦੇ ਨਿਜਮਾ ਦੇ ਵਿੱਚ ਬੇਨਿਜਮੀ ਹੋਈ ਹੈ ਜਾਂ ਕੋਈ ਅਮਾਨਤ ਵਿੱਚ ਖੈਨਤ ਹੋਈ ਹੈ ਉਹ ਗੱਲਾਂ ਦਾ ਧਿਆਨ ਰੱਖਣ ਵਾਸਤੇ ਸੀ ਸੁਚੇਤ ਕੀਤਾ ਤਿੰਨ ਗੱਲਾਂ ਵਾਸਤੇ ਖਾਸ ਉਹਨਾਂ ਨੇ ਇਹ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਵਿਅਕਤੀ ਭਾਵੇਂ ਉਹ ਸੇਵਾਦਾਰ ਹੈ ਭਾਵੇਂ ਉਹ ਮੈਨੇਜਰ ਹੈ ਭਾਵੇਂ ਉਹ ਸਕੱਤਰ ਹੈ ਕੋਈ ਵੀ ਬੰਦਾ ਜੇ ਕੋਈ ਕ腐ਸ਼ਨ ਦੇ ਕੇਸ ਵਿੱਚ ਜਾਂ ਕੋਈ ਸ਼ਰਾਬ ਨਸ਼ੇ ਵਰਗੀ ਚੀਜ਼ ਦੇ ਵਿੱਚ ਜਾਂ ਕੋਈ ਔਰਤ ਦੇ ਕਿਸੇ ਵੀ ਸ਼ੇਡ ਸ਼ਾਰ ਜਾਂ ਦੁਰਾਚਾਰੀ ਵਾਲੇ ਕੇਸ ਵਿੱਚ ਫਸ ਗਿਆ ਉਹ ਆਪਣੇ ਆਪ ਨੂੰ ਪਹਿਲਾਂ ਹੀ ਸਮਝੇ ਕਿ ਅਸੀਂ ਸੱਚਤਾ ਵਿੱਚ ਲੈਣ ਦੇ ਯੋਗ ਨਹੀਂ ਸੋ ਇਹਦਾ ਗੱਲਾਂ ਤੋਂ ਸੁਚੇਤ ਕਰਨ ਵਾਸਤੇ ਅਸੀਂ ਭਲਾਏ ਸੀ ਪ੍ਰਬੰਧ ਨੂੰ ਚੁਸਦੋਸਤ ਕਰਨ ਵਾਸਤੇ ਸੰਗਤ ਦੀ ਆਈ ਚੰਗੀ ਸੇਵਾ ਸੰਭਾਲ ਕਰਨ ਵਾਸਤੇ ਜਾਂ ਆਪਣੇ ਪ੍ਰਚਾਰ ਪ੍ਰਸਾਰ ਨੂੰ ਤੇਜ਼ ਕਰਨ ਵਾਸਤੇ ਉਥੋਂ ਦੇ ਗੁਰਮਤ ਰਹਿਤ ਬ੍ਰਿਹਾਦਾ ਦੀ ਪੂਰੀ ਪਰਪੱਕਤਾ ਦਾ ਪਿਆਰੇਦਾਰੀ ਕਰਨ ਵਾਸਤੇ ਹੋਰ ਜਿੱਥੇ ਲੋੜ ਪੈਂਦੀ ਹੈ ਉੱਥੇ ਜਾ ਕੇ ਆਪਾਂ ਆਪਣੇ હાજર ਹੋਣਾ ਤੇ ਸੰਗਤ ਦੀ ਆਵਾਜ਼ ਵਿੱਚੋਂ ਸੰਗਤੀ ਸੇਵਾ ਕਰਕੇ ਅਸੀਂ ਜੋ ਸੰਗਤਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਜੋ ਉਹਨਾਂ ਦੇ ਸੁਝਾਅ ਹੁੰਦੇ ਐ ਉਹਨੂੰ ਕਦਰਦਾਨੀ ਕਰਨ ਵਾਸਤੇ ਜਾਂ ਜਿਹੜਾ ਕੋਵਿਡ ਦੇ ਸਮੇਂ ਚੋਂ ਅਸੀਂ ਨਿਕਲ ਰਹੇ ਹਾਂ ਕੋਵਿਡ ਦੇ ਸਮੇਂ ਚੋਂ ਨਿਕਲਦਿਆਂ ਸਾਨੂੰ ਬਹੁਤ ਅੱਜ ਫਾਈਨੈਂਸ ਤੌਰ ਦੇ ਉੱਤੇ ਵੀ ਬੜੀਆਂ ਪਰੇਸ਼ਾਨੀਆਂ ਆ ਰਹੀਆਂ ਬਹੁਤ ਵੱਡਾ ਸਾਡਾ ਅੱਜ ਇਮਤਿਹਾਨ ਹੈ ਫਾਈਨੈਂਸ ਪ੍ਰੋਬਲਮ ਸਭ ਤੋਂ ਵੱਡੀ ਐ ਇਸ ਵੇਲੇ ਜਿੱਥੇ ਸਰਕਾਰਾਂ ਦੀ ਹੈ ਉਥੇ ਸਾਡੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਸਾਰੇ ਮੈਂਬਰ ਸਾਰੇ ਮੁਲਾਜ਼ਮ ਸਾਰੇ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਇੱਕ ਵਰਕਰ ਇੱਕ ਇੱਕ ਜਿਹੜਾ ਐਮਐਲਏ ਕਿਉਂਕਿ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨੇ ਪਹਿਲੇ ਦਿਨ ਤੋਂ ਹੀ ਅਸੀਂ ਤੇ ਹਾਈ ਕਿਸਾਨ ਸਾਰੇ ਸੰਘਰਸ਼ ਹੀ ਅਸੀਂ ਸ਼ੁਰੂ ਕੀਤਾ ਜਦੋਂ ਤਿੰਨਾਂ ਤਖਤਾਂ ਤੋਂ ਲੈ ਕੇ ਚੱਲੇ ਸੀ ਪਰ ਅਸੀਂ ਕਿਸਾਨ ਜੂਨੀਓ ਨੂੰ ਕਿਉਂਕਿ ਕਈ ਵਾਰੀ ਜਦੋਂ ਪਾਰਟੀਆਂ ਦੇ ਲੀਡਰ ਅੱਗੇ ਲੱਗ ਜਾਣ ਫਿਰ ਇਸਦਾ ਲੱਗਦਾ ਕਿ ਕਿਸੇ ਪਾਰਟੀ ਦਾ ਧਰਨਾ ਉੱਥੇ ਇਹ ਨਹੀਂ ਕੋਈ ਸ਼ੋਅ ਕਰਨਾ ਚਾਹੁੰਦਾ ਕਿ ਪਾਰਟੀਆਂ ਦੇ ਧਰਨੇ ਕਿਸਾਨ ਜੁਨੀਅਨ ਨੂੰ ਤਾਂ ਸੀ ਅੱਗੇ ਲਾ ਕੇ ਉਹਨੂੰ ਕਹਿ ਕੇ ਅਸੀਂ ਪਿੱਛੇ ਲੱਗੇ ਆ ਸਾਰੇ ਔਰ ਸਾਰੇ ਵਰਕਰਾਂ ਨੂੰ ਲਾਂਬਾ ਬੰਨ੍ਹ ਕਰ ਕਰਕੇ ਲੈ ਕੇ ਜਾ ਰਹੇ ਆ ਪਿੰਡਾਂ ਚੋਂ ਲੰਗਰ ਵੀ ਲਿਜਾ ਰਹੇ ਆ ਪੈਸੇ ਵੀ ਇਕੱਠੇ ਕਰਕੇ ਲੈ ਜਾ ਰਹੇ ਆ ਦਵਾਈਆਂ ਵੀ ਲੈ ਕੇ ਜਾ ਰਹੇ ਆ ਬਿਸਰੇ ਵੀ ਲੈ ਕੇ ਜਾ ਰਹੇ ਆ ਹਰ ਚੀਜ਼ ਲਾਂਬੰਦ ਕਰਕੇ ਸਾਡੇ ਵਰਕਰ ਲੈ ਕੇ ਜਾ ਰਹੇ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪ ਅੱਗੇ ਹੋ ਕੇ ਜਾ ਰਹੇ ਆ ਇਸ ਕਰਕੇ ਮਤ ਸੋਚੋ ਕਿ ਸ਼੍ਰੋਮਣੀ ਕਲਦਲ ਸ਼੍ਰੋਮਣੀ ਕਮੇਟੀ ਜਾਂ ਕੋਈ ਸਾਡਾ ਵਰਕਰ ਘਰ ਚ ਬੈਠਾ ਹੋਇਆ ਸਾਡੇ ਰਾਗੀ ਜਾ ਰਹੇ ਉੱਥੇ ਦੱਸੋ ਢਾਡੀ ਰਾਗੀ ਪ੍ਰਚਾਰਕ ਉਹ ਉੱਥੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਅਸੀਂ ਆਫਰ ਕੀਤਾ ਕਿ ਜੇ ਚਾਹੋ ਤਾਂ ਸਵੇਰੇ ਨਿਤਨੇਮ ਕਰਾਇਆ ਕਰੀਏ ਜੇ ਚਾਹੋ ਤੇ ਸਵੇਰੇ ਕੀਰਤਨ ਦੀ ਅਸਾਈ ਦੀ ਵਾਰ ਲਾਇਆ ਕਰੀਏ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੇ ਤਲਵਾਦੀ ਆਂ ਪਰ ਅਸੀਂ ਇਸ ਲਈ ਨਹੀਂ ਕਰਾਉਣਾ ਕਿ ਇੱਥੇ ਬਾੰਦਕਪਾਂ ਦੇ ਲੋਕ ਹੁੰਦੇ ਕਿ ਜਾਂ ਸਿਰ ਨੰਗੇ ਹੁੰਦੇ ਕੋਈ ਕਈ ਹੋਰ ਕੰਮ ਕਰਦੇ ਹੁੰਦੇ ਆ ਇਸ ਕਰਕੇ ਅਸੀਂ ਇਹ ਨਹੀਂ ਚਾਹੁੰਦੇ ਕਿ ਉੱਥੇ ਗੁਰਬਾਣੀ ਦਾ ਕੋਈ ਸਨਮਾਨ ਦੇ ਵਿੱਚ ਕੋਈ ਸਤਕਾਰ ਵਿੱਚ ਫਰਕ ਪਵੇ